ਤੁਸੀਂ ਦੇਖੋ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਕੀ ਬੋਲੇ ਨੇ ਬਾਹਰ ਕੀ ਬੋਲਦੇ ਸੀਗੇ ਫਿਰ ਅਸੀਫਾ ਦਿੱਤਾ ਹੁਣ ਅਲਾਈਂਸ ਬਣੇ ਹੋਏ ਨੇ ਕਿ ਹੁਣ ਐ ਗੱਠਜੋੜ ਚ ਕੌਣ ਬਣਿਆ ਆਇਗਾ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਬਰਕਰਾਰ ਆ ਕਿਉਂ ਨਹੀਂ ਤੋੜਿਆ ਭਾਈ ਕਿ ਸੋ ਕੈਪਟਨ ਸਾਹਿਬ ਝੂਠ ਬੋਲ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਝੂਠ ਬੋਲ ਰਿਹਾ ਹੈਗਾ ਉਹਨੇ ਪੰਜਾਬ ਦੇ ਲੋਕਾਂ ਨੂੰ ਮਿਸਲੀਡ ਕੀਤਾ ਹੈਗਾ ਪੰਜਾਬ ਦੀ ਵਿਧਾਨ ਸਭਾ ਨੂੰ ਮਿਸਲੀਡ ਕੀਤਾ ਹੈਗਾ ਸੋ ਉਹ ਉਹ ਵੀ ਜਿਹੜਾ ਹੈਗਾ ਪੈਰ ਪੈਰ ਤੇ ਬਦਲ ਰਿਹਾ ਉਹ ਵੀ ਵੋਟਾਂ ਦੀ ਰਾਜਨੀਤੀ ਕਰ ਰਿਹਾ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈਗਾ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਰਾਜਾ ਅਮਰਿੰਦਰ ਸਿੰਘ ਦੋਨਾਂ ਦਾ ਇੱਕੋ ਹੀ ਏਜੰਡਾ ਗਾ ਦੋਨਾਂ ਦਾ ਲੁਕਮੀ ਜਿਹੜੀ ਆ ਏਜੰਡਾ ਗਾ ਦੋਨਾਂ ਦੀ ਆਪਸ ਵਿੱਚ ਗੱਲ ਤੈਅ ਹੋਈ ਆ ਵੀ 5 ਸਾਲ ਤੂੰ ਲੁੱਟੀ 5 ਸਾਲ ਮੈਂ ਲੁੱਟੂਗਾ ਆਪਾਂ ਲੋਕਾਂ ਨੂੰ ਮੂਰਖ ਬਣਾਵਾਂਗੇ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇਣ ਦੇ ਉੱਤੇ ਅੱਜ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਆ ਆਮ ਆਦਮੀ ਪਾਰਟੀ ਤੋਂ ਚਿਮਾ ਸਾਹਿਬ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਚਿਮਾ ਸਾਹਿਬ ਜਿਹੜਾ ਹੁਣ ਅਸਤੀਫਾ ਦਿੱਤਾ ਗਿਆ ਹੈ ਹਰਸਿਮਰਤ ਕੌਰ ਬਾਦਲ ਵੱਲੋਂ ਤੁਸੀਂ ਇਸ ਨੂੰ ਕਿਸ ਤਰੀਕਿਆਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਇਸ ਤੀਫਾ ਕੀ ਹੈ ਜਦੋਂ ਡਰਾਮੇ ਹੁੰਦੇ ਨੇਗੇ ਉਦੋਂ ਵੱਖ-ਵੱਖ ਪਾਤਰ ਆਪਦਾ ਰੋਲ ਲਮਾਉਂਦੇ ਨੇਗੇ ਸੋ ਅੱਜ ਕਾਲੀਦਲ ਜਿਹੜਾ ਹੈਗਾ ਉਹ ਡਰਾਮਾ ਕਰਨ ਵਾਲੀ ਇੱਕ ਪਾਰਟੀ ਬਣ ਚੁੱਕਿਆ ਉਹ ਸਿਆਸੀ ਪਾਰਟੀ ਨਹੀਂ ਰਿਹਾ ਹੈਗਾ ਲਗਾਤਾਰ ਯੂ ਟਰਨ ਲੈ ਰਿਹਾ ਲਗਾਤਾਰ ਪੈਰ-ਪੈਰ ਤੇ ਬਦਲ ਰਿਹਾ 6 ਮਹੀਨਿਆਂ ਤੋਂ ਲਗਾਤਾਰ ਇਹ ਕਹਿੰਦੇ ਆ ਰਹੇ ਸੀ ਜਦੋਂ ਆਰਡੀਨੈਂਸ ਜਾਰੀ ਹੋਏ ਨੇ ਕਿ ਆਰਡੀਨੈਂਸ ਕਿਸਾਨ ਪੱਖੀ ਨੇ ਇਹਨਾਂ ਨਾਲ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਊਗੀ ਜਦੋਂ ਪੰਜਾਬ ਦਾ ਕਿਸਾਨ ਸੜਕਾਂ ਤੇ ਉਤਰਿਆ ਆਇਆ ਜਦੋਂ ਪੰਜਾਬ ਦੇ ਕਿਸਾਨ ਨੇ ਖੇਤ ਮਜ਼ਦੂਰ ਨੇ ਜਦੋਂ ਪੰਜਾਬ ਦੇ ਦਲਤ ਵਰਗ ਨੇ ਜਦੋਂ ਪੰਜਾਬ ਦੇ ਵਪਾਰੀ ਵਰਗ ਨੇ ਡਟ ਕੇ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਦੋਂ ਉਦੋਂ ਜਾ ਕੇ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਜਿਹੜੀ ਜਾਗ ਖੁੱਲੀ ਆ ਉਦੋਂ ਜਾ ਕੇ ਉਹਨੂੰ ਜਿਹੜੀ ਹੋਸ਼ ਆਈ ਆ ਗਈ ਕਿਉਂਕਿ ਪਹਿਲਾਂ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਉਹਨੇ ਬੇਹੋਸ਼ੀ ਦੇ ਵਿੱਚੋਂ ਗੱਲਾਂ ਕਰ ਰਿਹਾ ਸੀਗਾ ਹੈਰਾਨੀ ਦੀ ਗੱਲ ਆ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਹਿੱਕ ਠੋਕ ਠੋਕ ਕੇ ਸੁਖਵੀਰ ਸਿੰਘ ਬਾਦਲ ਕਹਿੰਦਾ ਸੀਗਾ ਕਿ ਇਹ ਆਰਡੀਨੈਂਸ ਜਿਹੜੇ ਹੈਗੇ ਨੇ ਕਿਸਾਨ ਪੱਖੀ ਨੇਗੇ ਇਹਨਾਂ ਆਰਡੀਨੈਂਸ ਨਾਲ ਕਿਸਾਨਾਂ ਨੂੰ ਲਾਭ ਹੋਊਗਾ ਸੋ ਹੁਣ ਕਿਉਂ ਉਹ ਜਿਹੜਾ ਹੈਗਾ ਯੂ ਟਰਨ ਕਰ ਗਿਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਇਹ ਜਿਹੜਾ ਸਿਆਸੀ ਵਿਅਕਤੀ ਆ ਸੁਖਵੀਰ ਸਿੰਘ ਬਾਦਲ ਇਹ ਕਿੰਨਾ ਖੁਦਗਰਜ਼ਾ ਕਿੰਨਾ ਮੌਕਾਪ੍ਰਸਤਾ ਕਿੰਨਾ ਇਹ ਜਿਹੜਾ ਹੈਗਾ ਯੂ-ਟਰਨ ਲੈਂਦਾ ਹੈਗਾ ਸੋ ਜਦੋਂ ਪੰਜਾਬ ਦੇ ਲੋਕ ਖੜੇ ਹੋਗੇ ਉਸ ਸਮੇਂ ਕੀ ਹੋਇਆ ਹੁਣ ਹਰਸਿਮਰਤ ਘਰ ਬਾਦਲ ਦਾ ਅਸਤੀਫਾ ਦਵਾਤਾ ਕਹਿੰਦਾ ਮੇਰੀ ਧਰਮ ਪਤਨੀ ਤਾਂ ਪਤਾ ਹੀ ਨਹੀਂ ਸੀਗਾ ਵੀ ਆਰਡੀਨੈਂਸ ਆਇਆ ਨੇ ਕਿ ਮੇਰੀ ਧਰਮ ਪਤਨੀ ਤਾਂ ਪਤਾ ਹੀ ਨਹੀਂ ਸੀਗਾ ਇਹਨਾਂ ਚ ਕੀ ਲਿਖਿਆ ਹੈਗਾ ਸੋ ਇਹ ਚੰਗੇ ਪੜ੍ਹੇ ਲਿਖੇ ਵਿਅਕਤੀ ਨੇਗੇ ਜਦੋਂ ਪਹਿਲਾਂ ਮੀਟਿੰਗ 'ਚ ਕਹਿੰਦੇ ਨੇ ਵੀ ਅਸੀਂ ਪੜ੍ਹ ਲੇ ਦੇਖ ਲੇ ਅਸੀਂ ਸੁਣ ਲਿਆ ਕਿ ਜਿਵੇਂ ਗਵਾਹ ਕਹਿੰਦਾ ਹੁੰਦਾਗਾ ਇਹ ਸਹੀ ਨੇ ਦਰੁਸਤ ਨੇ ਤੇ ਹੁਣ ਕਿਹੜੇ ਮੂਲਾ ਜਿਹੜੇ ਕਹਿ ਰਹੇ ਨੇਗੇ ਸੋ ਇਥੋਂ ਪਤਾ ਲੱਗਦਾ ਕਿ ਜਿਹੜੇ ਹੈਗੇ ਨੇ ਵਿਅਕਤੀ ਇਹ ਪੰਜਾਬ ਵਿਰੋਧੀ ਨੇ ਕਿਸਾਨ ਵਿਰੋਧੀ ਨੇ ਇਹ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਪੰਜਾਬ ਲੁੱਟਣਾ ਚਾਹੁੰਦੇ ਨੇ ਕਿਉਂਕਿ ਖੁਦ ਇਹ ਕਾਰਪੋਰੇਟ ਸੈਕਟਰ ਬਣੇ ਹੋਏ ਨੇ ਖੇਤੀ ਦੇ ਵਿੱਚ ਜੇ ਲਾ ਲਈਏ ਤਾਂ ਰਜਵਾੜੇ ਕੌਣ ਨੇ ਕਿ ਦੋ ਪਰਿਵਾਰ ਹੀ ਨੇ ਯਾਤਾ ਸੁਖਵੀਰ ਸਿੰਘ ਬਦਲ ਦਾ ਪਰਿਵਾਰ ਆ ਜਾ ਜਿਹੜਾ ਹੈਗਾ ਰਾਜਾ ਅਮਰਿੰਦਰ ਸਿੰਘ ਦਾ ਪਰਿਵਾਰ ਹੈਗਾ ਸੋ ਇਹ ਪਰਿਵਾਰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਕਿ ਤੁਸੀਂ ਦੇਖੋ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਕੀ ਬੋਲੇ ਨੇ ਬਾਹਰ ਕੀ ਬੋਲਦੇ ਸੀਗੇ ਫਿਰ ਅਸਤੀਫਾ ਦਿੱਤਾ ਹੁਣ ਅਲਾਈਂਸ 'ਚ ਬਣੇ ਹੋਏ ਨੇ ਕਿ ਹੁਣ ਐ ਗੱਠਜੋੜ 'ਚ ਕੌਣ ਬਣਿਆ ਹੈਗਾ ਅਕਾਲੀ ਦਲ ਭਾਜਪਾ ਦਾ ਗੱਠਜੋੜ ਬਰਕਰਾਰ ਆ ਕਿਉਂ ਨਹੀਂ ਤੋੜਿਆ ਭਾਈ ਕਿਉਂ ਨਹੀਂ ਤੋੜਿਆ ਮੈਂ ਸਵਾਲ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਹਰਸਿਮਰਤ ਕੌਰ ਬਾਦਲ ਜੀ ਤੁਸੀਂ ਕਿਉਂ ਨਹੀਂ ਉਸ ਅਲਾਈਂਸ 'ਚੋਂ ਬਾਹਰ ਆਏ ਤੁਸੀਂ ਕਿਉਂ ਨਹੀਂ ਉਸ ਗੱਠਜੋੜ 'ਚੋਂ ਬਾਹਰ ਆਏ ਉਸ ਗੱ ਕਿਸਾਨ ਮਾਰੂ ਆਰਡੀਨੈਂਸ ਕਾਲੇ ਕਾਨੂੰਨ ਕਿਸਾਨ ਵਿਰੋਧੀ ਕਾਨੂੰਨ ਦਲਿਤ ਵਿਰੋਧੀ ਕਾਨੂੰਨ ਤੁਸੀਂ ਤੁਸੀਂ ਲੋਕ ਅੱਜ ਵੀ ਉਹਦੀ ਸਪੋਰਟ ਕਰ ਰਹੇ ਹੋ ਤੁਸੀਂ ਅੱਜ ਵੀ ਲੁਕਵੇਂ ਰੂਪ ਦੇ ਵਿੱਚ ਉਹਦੀ ਸਪੋਰਟ ਕਰ ਰਹੇ ਹੋਗੇ ਕਿਉਂਕਿ ਜਿਹੜੀ ਸਰਕਾਰ ਲੈ ਕੇ ਆਈ ਆ ਅੱਜ ਵੀ ਅਕਾਲੀ ਦਲ ਉਹ ਸਰਕਾਰ ਦਾ ਹਿੱਸਾ ਹੈਗਾ ਕਿਉਂ ਨਹੀਂ ਬਾਹਰ ਆਏ ਇੱਥੋਂ ਪਤਾ ਲੱਗਦਾ ਕਿ ਅਕਾਲੀ ਦਲ ਕਿੰਨਾ ਡੋਗਲਾ ਹੈਗਾ ਕਿੰਨਾ ਮੌਕਾਪ੍ਰਸਤਾ ਕਿੰਨਾ ਲੋਕ ਵਿਰੋਧੀ ਆ ਹਮੇਸ਼ਾ ਵੋਟਾਂ ਨੂੰ ਚੋਣਾਂ ਨੂੰ ਵੀ ਬੋਟਾ ਕਿਵੇਂ ਲੈਣੀਆਂ ਨੇ ਮੁੱਦੇ ਨਜ਼ਰ ਰੱਖ ਕੇ ਫੈਸਲੇ ਲੈਂਦਾ ਇਹ ਪੰਜਾਬ ਨਾਲ ਨਹੀਂ ਖੜਾ ਹੈਗਾ ਇਹ ਪੰਜਾਬ ਦਾ ਗद्दार ਆ ਸਭ ਤੋਂ ਵੱਡਾ ਗद्दार ਕੌਣਾ ਅਕਾਲੀ ਦਲ ਆ ਜ ਪੰਜਾਬ ਦਾ ਸੋ ਅਕਾਲੀ ਦਲ ਨੂੰ ਲੋਕ ਸਭਕ ਸਿਖਾਉਣਗੇ ਜਦੋਂ ਲੋਕਾਂ ਨੇ ਆਪਣੇ ਘਰਾਂ ਚ ਲੈ ਕੇ ਲਾਤਾ ਵੀ ਜਿਹੜਾ ਸਾਡੀ ਸਪੋਰਟ ਨਹੀਂ ਕਰੂਗਾ ਸਾਡੇ ਪਿੰਡ ਚ ਨਾ ਬੜੇ ਜਦੋਂ ਵਿਰੋਧ ਹੋਣ ਲੱਗ ਗਿਆ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਚੱਠੇ ਦੇ ਨਿਹੜੇ ਇਹ ਲੋਕ ਜਦੋਂ ਜਦੋਂ ਭਾਜੀਪੀ ਤੇ ਅਕਾਲੀ ਦਲ ਵਾਲੇ ਉੱਥੇ ਆਪਦਾ ਬੋਦੀ ਸਾਹਿਬ ਦਾ ਜਨਮ ਦਿਨ ਮਨਾਉਣ ਆਏ ਸਾਰਾ ਪਿੰਡ ਇਕੱਠਾ ਹੋ ਕੇ ਨਿਕਲਿਆ ਸਾਰੇ ਪਿੰਡ ਨੇ ਉਸ ਘਰ ਨੂੰ ਘੇਰ ਲਿਆ ਲਗਭਗ 6 ਘੰਟੇ ਜਾਮ ਲ ਕੁਰਸੇ ਜਾ ਕੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕਾਂ 'ਚ ਕਿੰਨਾ ਗੁੱਸਾ ਹੈਗਾ ਪੰਜਾਬ ਦੇ ਲੋਕਾਂ 'ਚ ਕਿੰਨਾ ਰੋਹ ਆ ਔਰ ਦੂਜੇ ਪਾਸੇ ਜਿਹੜਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਹੈ ਰਾਜਾ ਮਨਿੰਦਰ ਸਿੰਘ ਆ ਉਹ 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 ਇਹਨਾਂ ਤੋਂ ਵੀ ਵੱਡਾ ਧੋਖੇਬਾਜ਼ ਆ ਉਹ ਇਹਨਾਂ ਤੋਂ ਵੀ ਵੱਡਾ ਡਰਾਮੇਬਾਜ਼ ਆ ਜਦੋਂ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਈ ਜਦੋਂ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਉੱਥੇ ਸਹਿਮਤੀ ਪ੍ਰਗਟਾਤੀ ਵੀ ਹਾਂ ਆਰਡੀਨੈਂਸ ਲਿਆਓ ਬਿੱਲ ਲਿਆਓ ਫਿਰ ਮਨਪ੍ਰੀਤ ਸਿੰਘ ਬਾਦਲ ਨੂੰ ਭੇਜਦਾ ਕਿਉਂਕਿ ਬਾਦਲ ਤਾਂ ਉਹੀ ਆ ਨਾ ਇਹ ਤਾਂ ਆਪਸ ਵਿੱਚ ਚਾਚੇ ਤਾਏ ਨੇਗੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਭਤੀਜਾ ਸਾਰੇ ਪੰਜਾਬ ਨੂੰ ਪਛਾਗੇ ਉਸੇ ਨਾਲ ਹੀ ਲੰਬਾ ਸਮਾਂ ਸਿਆਸਤ ਕੀਤੀ ਆ ਸੋ ਉਹਨੇ ਵੀ ਜਾ ਕੇ ਉਹਨਾਂ ਆਰਡੀਨੈਂਸਾਂ ਤੇ ਦਸਤਖਤ ਕਰਤੇ ਉਹ ਮੀਟਿੰਗਾਂ ਦੇ ਵਿੱਚ ਕਹਿੰਦਾ ਵੀ ਹਾਂ ਲਿਆਓ ਸੋ ਇੱਥੇ ਆ ਕੇ ਪੰਜਾਬ 'ਚ ਡਰਾਮੇ ਰਚਦੇ ਨੇਗੇ ਕੇ ਰੰਦਾਵਾ ਸਾਹਿਬ ਦੇ ਵਿੱਚ ਅੱਜ ਗਾਜ ਰੰਦਾਵਾ ਸਾਹਿਬ ਵਿੱਚ ਅੰਦਰ ਆਏ ਸੀ ਉਹਨਾਂ ਨੇ ਇਹ ਕਹਿਣਾ ਕਿ ਕੈਪਟਨ ਸਾਹਿਬ ਦਾ ਇਹ ਕਹਿਣਾ ਹੈ ਕਿ ਜਿਹੜਾ ਵੀ ਮਨਿਸਟਰ ਨੇ ਇਹ ਗੱਲ ਕਹੀ ਹੈ ਕਿ ਮੈਂ ਉਸ ਪਾਰਟੀ ਦੇ ਵਿੱਚ ਮੌਜੂਦ ਸਗਾ ਜਿਹੜੀ ਬਾਡੀ ਬਣਾਈ ਗਈ ਸੀ ਉਹਦੇ ਵਿੱਚ ਮੌਜੂਦ ਸਗਾ ਮੇਰੇ ਕੋ ਸਿਰਫ ਇੱਕ ਫਾਈਨੈਂਸ ਦੀ ਗੱਲ ਪੁੱਛੀ ਗਈ ਮੈਨੂੰ ਤਾਂ ਪੂਰਾ ਆਰਡੀਨੈਂਸ ਦੀ ਗੱਲ ਵੀ ਨਹੀਂ ਪੁੱਛੀ ਗਈ ਦੇਖੋ ਬੜੀ ਹੈਰਾਨੀ ਦੀ ਗੱਲ ਆ ਜਦੋਂ ਕੋਈ ਮੀਟਿੰਗ ਹੁੰਦੀ ਆ ਜਦੋਂ ਕੋਈ ਵੀ ਕਿਸੇ ਵੀ ਵਿਸ਼ੇ ਤੇ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਮਿੰਟਸ ਬਣੇ ਹੁੰਦੇ ਨੇ ਕਿ ਰਿਕਾਰਡ ਬਣਿਆ ਹੁੰਦਾਗਾ ਔਰ ਉਸ ਤੋਂ ਪਹਿਲਾਂ ਅਜੰਡਾ ਜਾਰੀ ਹੁੰਦਾਗਾ ਆਹਾ ਹਾ ਬਿਲ ਆਹਾ ਖੇਤੀ ਸੁਧਾਰ ਆਹਾ ਹਾ ਜਿਹੜੇ ਹੈਗੇ ਨੇਗੇ bizness ਦੇ ਵਿੱਚ ਸੁਧਾਰ ਜਿਹੜੇ ਹੈਗੇ ਨੇ ਉਹ ਤੇ ਵਿਚਾਰ ਚਰਚਾ ਹੋਊਗੀ ਤੁਸੀਂ ਆਪਦੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖਣ ਦੇ ਇਹ ਗੱਲ ਬਕਾਇਦਾ ਲਿਖਤੀ ਰੂਪ ਦੇ ਵਿੱਚ ਹਰੇਕ ਡਿਗਨਿਟਰੀ ਨੂੰ ਹਰੇਕ ਉਸ ਵਿਅਕਤੀ ਨੂੰ ਜਿਹੜਾ ਮੀਟਿੰਗ ਸ਼ਾਮਿਲ ਹੁੰਦਾ ਸਪਲਾਈ ਹੁੰਦੇ ਨੇਗੇ ਸੋ ਕੈਪਟਨ ਸਾਹਿਬ ਝੂਠ ਬੋਲ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਝੂਠ ਬੋਲ ਰਿਹਾ ਹੈਗਾ ਉਹਨੇ ਪੰਜਾਬ ਦੇ ਲੋਕਾਂ ਨੂੰ ਮਿਸਲੀਡ ਕੀਤਾ ਹੈਗਾ ਪੰਜਾਬ ਦੀ ਵਿਧਾਨ ਸਭਾ ਨੂੰ ਮਿਸਲੀਡ ਕੀਤਾ ਹੈਗਾ ਸੋ ਉਹ ਉਹ ਵੀ ਜਿਹੜਾ ਹੈਗਾ ਪੈਰ ਪੈਰ ਤੇ ਬਦਲ ਰਿਹਾ ਉਹ ਵੀ ਵੋਟਾਂ ਦੀ ਰਾਜਨੀਤੀ ਕਰ ਰਿਹਾ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾਗਾ ਕਿ ਕੈਪਟਨ ਸਾਹਿਬ ਕਿਹੜੀ ਰਾਜਨੀਤੀ ਕਰਦੇ ਨੇ ਕਿ ਬਾਦਲ ਪਰਿਵਾਰ ਕੀ ਰਾਜਨੀਤੀ ਕਰ ਰਿਹਾ ਕੈਪਟਨ ਸਾਹਿਬ ਦਾ ਇਹ ਕਹਿਣਾ ਕਿ ਆਪਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਜਿੱਥੇ ਦੇਖਿਆ ਗਿਆ ਕਿ ਇੱਕ ਫਤਿਹਗੁਰ ਸਾਹਿਬ ਦੇ ਜਿਹੜੇ ਐਮਐਲਏ ਉਹਨਾਂ ਨੇ ਵੀ ਜਿਹੜਾ ਇਸਤੀਫਾ ਦੇ ਦਿੱਤਾ ਨਾਗਰਾ ਸਾਹਿਬ ਨੇ ਇਸਤੀਫਾ ਦੇ ਦਿੱਤਾ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਵੀ ਕਿਸਾਨ ਹਾਂ ਤੇ ਮੈਨੂੰ ਪਤਾ ਕਿ ਕਿਸਾਨ ਕਿਸਾਨਾਂ ਦੀ ਕੀ ਜਿਹੜੀਆਂ ਨੇ ਮੁਸ਼ਕਲਾਂ ਹੁੰਦੀਆਂ ਨੇ ਦੇਖੋ ਅੱਜ ਇਸਤੀਫਾ ਦੇ ਰਹੇ ਨੇ ਕਿ ਐਮਐਲਏ ਸਹਿਬਾਨ ਇਹ ਇਸਤੀਫਾ ਜਿਹੜਾ ਦੇ ਕੇ ਇਹ ਅਸਤੀਫਾ ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਅਸਤੀਫਾ ਦੇ ਕੇ ਸੋਚ ਰਹੇ ਨੇ ਕਿ ਹਾਂ 2022 ਦੇ ਵਿੱਚ ਅਸੀਂ ਕਿਸਾਨਾਂ ਤੋਂ ਵੋਟਾਂ ਲੈ ਲਾਂਗੇ 4 ਸਾਲ ਹੋ ਗਏ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕੀਤਾ ਕਿੱਥੇ ਕੀਤਾ ਕਰਜ਼ਾ ਮਾਫ਼ ਪੁੱਛੋ ਰਾਜਾ ਸਾਹਿਬ ਨੂੰ ਕੀ ਘਰ ਘਰ ਜਿਹੜਾ ਰੋਜ਼ਗਾਰ ਮਿਲ ਗਿਆ ਘਰ ਘਰ ਨੌਕਰੀ ਮਿਲ ਗਈ ਕਿਸਾਨ ਦਾ ਕਰਜ਼ਾ ਮਾਫ਼ ਹੋ ਗਿਆ ਦਲਤਾਂ ਨੂੰ 5 ਮਰਲੇ ਪਲਾਟ ਮਿਲ ਗਏ ਕਿ 2500 ਦਾ ਭਟਾਪਾ ਪੈਨਸ਼ਨ ਹੋ ਗਈ ਕਿ 51000 ਸਕਿੰ ਸਕੀਮ ਹੋ ਗਈ ਕੀ ਪੰਜਾਬ ਦੇ ਵਿੱਚੋਂ ਮਾਫੀਆ ਰਾਜ ਦਾ ਖਾਤਮਾ ਹੋ ਗਿਆ ਕੀ ਪੰਜਾਬ ਵਿੱਚੋਂ ਟਰਾਂਸਪੋਰਟ ਮਾਫੀਆ ਖਤਮ ਹੋ ਗਿਆ ਕੀ ਪੰਜਾਬ ਵਿੱਚ ਸ਼ਰਾ ਮਾਫੀਆ ਖਤਮ ਹੋ ਗਿਆ ਆ 128 ਬੰਦੇ ਕਿਹਨੇ ਮਾਰੇ ਨੇ ਸ਼ਰਾ ਮਾਫੀਆ ਨੇ ਮਾਰੇ ਨੇ ਕੀ ਪੰਜਾਬ ਵਿੱਚੋਂ ਲੈਣ ਮਾਫੀਆ ਖਤਮ ਹੋ ਗਿਆ ਕੀ ਪੰਜਾਬ ਵਿੱਚ ਜੀਐਸਸੀ ਘਟਾਲਾ ਖਤਮ ਹੋ ਗਿਆ ਕੀ ਪੰਜਾਬ ਵਿੱਚੋਂ ਡਰਗ ਖਤਮ ਹੋ ਗਈ ਅੱਜ ਕੈਪਟਨ ਸਾਹਿਬ ਕਿਸਾਨਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਿਹਾ ਪਰ ਅੱਜ ਪੰਜਾਬ ਦਾ ਕਿਸਾਨ ਕੱਲਾ-ਕੱਲਾ ਬੱਚਾ ਸੁਚੇਤ ਆ ਬੱਚੇ ਨੂੰ ਪਤਾਗਾ ਕਿ ਕੈਪਟਨ ਜਿਹੜਾ ਵੋਟਾਂ ਲੈਣ ਲਈ ਇਸ ਤਰ੍ਹਾਂ ਦੀ ਰਾਜਨੀਤੀ ਕਰਦਾ ਆਪੇ ਕਿਸਾਨਾਂ ਦੇ ਪਰਚੇ ਦਰਜ ਕਰਤੇ 188 ਦੇ 144 ਦੇ ਲੱਗਣ ਤੇ ਆਪੇ ਪਰਚੇ ਦਰਜ ਕਰਤੇ ਪੰਜਾਬ ਦੇ ਕਿਸਾਨਾਂ ਤੇ ਹੁਣ ਕਹਿੰਦਾ ਮੈਂ ਮaaf ਕਰਤੇ ਸੋ ਹੁਣ ਕਹਿੰਦਾ ਮaaf ਕਰਤੇ ਇਹ ਡਰਾਮੇਬਾਜ਼ੀ ਨਹੀਂ ਚੱਲਣੀ ਕੈਪਟਨ ਸਾਹਿਬ ਹੁਣ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾਗਾ ਹੁਣ ਤੁਰਦਾ ਕਿਰਦਾਰ ਤੁਹਾਡਾ ਕਰੈਕਟਰ ਤੁਹਾਡਾ ਚਰਿੱਤਰ ਤੁਹਾਡਾ ਪ੍ਰਕਾਸ਼ ਸਿੰਘ ਬਾਦਲ ਦਾ ਲੋਕਾਂ 'ਚ ਨੰਗਾ ਹੋ ਗਿਆ ਕਿ ਤੁਸੀਂ ਕਿਵੇਂ ਰਲ ਕੇ ਦੋਨੇ ਪਰਿਵਾਰ ਨੇ ਪੰਜਾਬ ਬਰਬਾਦ ਕੀਤਾ ਕਿ 1992 ਤੋਂ ਬਾਅਦ ਤੁਹਾਡੀ ਦੋਨੇ ਪਰਿਵਾਰਾਂ ਦੀ ਸਰਕਾਰਾਂ ਲਗਾਤਾਰ ਰਹੀਆਂ ਨੇ ਕਿ ਅੱਜ ਪੰਜਾਬ ਕਰਜ਼ਾਈ ਤੁਸੀਂ ਬਣਾਤਾ ਅੱਜ ਪੌਣੇ 3 ਲੱਖ ਕਰੋੜ ਦਾ ਕਰਜ਼ਾ ਕਿਹਨੇ ਚੜਾਇਆ ਗਿਆ ਦੋ ਪਰਿਵਾਰਾਂ ਨੇ ਚੜਾਇਆ ਗਿਆ ਇਹਨਾਂ ਤੇ ਕਰਜ਼ਾ ਇਹਨਾਂ ਦਾ ਇਹਨਾਂ ਦਾ ਤਾਂ ਬਿਜ਼ਨਸ ਵੱਧ ਗਿਆ ਇਹ ਕੱਲਾ ਪੰਜਾਬ ਮਰ ਗਿਆ ਕਿਹਦੇ ਬਾਰੇ ਆ ਬਈ ਇਹ ਦੋਨੇ ਵਾਕਿਆਂ ਦੇ ਮਾਰਿਆ ਗਿਆ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਰਾਜਾ ਅਮਰਿੰਦਰ ਸਿੰਘ ਦੋਨਾਂ ਦਾ ਇੱਕੋ ਹੀ ਏਜੰਡਾ ਗਾ ਦੋਨਾਂ ਦਾ ਲੁਕਮੀ ਜਿਹੜੀ ਆ ਏਜੰਡਾ ਗਾ ਦੋਨਾਂ ਦੀ ਆਪਸ ਵਿੱਚ ਗੱਲ ਤੈਅ ਹੋਈ ਆ ਵੀ ਪੰਜ ਸਾਲ ਤੂੰ ਲੁੱਟੀ ਪੰਜ ਸਾਲ ਮੈਂ ਲੁੱਟੂਗਾ ਆਪਾਂ ਲੋਕਾਂ ਨੂੰ ਮੂਰਖ ਬਣਾਵਾਂਗੇ ਪਰ ਹੁਣ ਪੰਜਾਬ ਦਾ ਬੱਚਾ-ਬੱਚਾ ਪਛਾਣ ਗਿਆ ਬੱਚਾ-ਬੱਚਾ ਇਹਨਾਂ ਦਾ ਦੋਗਲਾ ਚਿਹਰਾ ਦੇਖ ਲਿਆ ਹੁਣ ਇਹਨਾਂ ਲੋਕ ਜਿਹੜਾ ਸਭ ਕੁਝ ਖੋਣਗੇ ਇਹ ਦੇਖਿਆ ਗਿਆ ਅੱਜ ਵੀ ਇੱਕ ਘਟਨਾ ਸਾਹਮਣੇ ਆਈ ਹੈ ਕਿ ਬਾਦਲ ਸੱਦ ਘਰ ਦੇ ਬਾਹਰ ਇੱਕ ਕਿਸਾਨ ਨੇ ਜਿਹੜਾ ਹੈ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਦੇਖੋ ਜਿਹੜਾ ਕਿਸਾਨ ਜਿਹੜਾ ਕਿਸਾਨ ਲੰਬੇ ਅਰਸੇ ਤੋਂ ਆਤਮ ਹੱਤਿਆ ਮੈਂ ਕਰ ਰਿਹਾ ਸੀਗਾ ਅੱਜ ਉਹ ਕਿਸਾਨ ਫੇਰ ਮਜਬੂਰ ਆ ਕਿਉਂ ਮਜਬੂਰਾ ਅੱਜ ਕਿਸਾਨ ਨੂੰ ਆਪਣੀ ਹਾਲਾਤ ਦਿਂਦੇ ਨੇ ਕਿ ਅੱਜ ਕਿਸਾਨ ਨੂੰ ਆਪਣੇ ਬੱਚੇ ਦਿਖਦੇ ਨੇਗੇ ਅੱਜ ਕਿਸਾਨ ਨੂੰ ਲੱਗ ਰਿਹਾ ਕਿ ਮੇਰਾ ਭਵਿਕ ਨਹੀਂ ਹੈਗਾ ਇਸੇ ਕਰਕੇ ਆਤਮੱਤਿਆ ਮ ਹੋ ਰਹੀਆਂ ਨਹੀਂਆਂ ਕੌਣ ਦੋਸ਼ੀ ਆ ਸਤ ਆਤਮੱਤਿਆ ਦਾ ਪ੍ਰਕਾਸ਼ ਸਿੰਘ ਬਾਦਲ ਦੋਸ਼ੀ ਆ ਕੌਣ ਦੋਸ਼ੀ ਆ ਸੁਖਵੀਰ ਸਿੰਘ ਬਾਦਲ ਆ ਕੌਣ ਦੋਸ਼ੀ ਆ ਆਪਣੇ ਹਰਸਿਮਰਤ ਕਰ ਬਾਦਲ ਆ ਕੌਣ ਦੋਸ਼ੀ ਆ ਰਾਜਾ ਮਰਿੰਦਰ ਸਿੰਘ ਆ ਕੌਣ ਦੋਸ਼ੀ ਆ ਮਨਪੀਤ ਸਿੰਘ ਬਾਦਲ ਦੋਸ਼ੀ ਆ ਇਹ ਦੋਸ਼ ਦੇ ਦੋਸ਼ੀ ਨੇ ਸਾਰੇ ਵਿਅਕਤੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਉਸ ਉਸ ਨੌਜਵਾਨ ਵਿਅਕਤੀ ਦਾ ਸੋ ਮੈਂ ਤਾਂ ਸਭ ਤੋਂ ਪਹਿਲਾਂ ਉਸ ਕਿਸਾਨ ਦੀ ਸਿਹਤ ਜਾ ਕਾਮਨਾ ਕਰਦਾਗਾ ਅਰਦਾਸ ਕਰਦਾਗਾ ਕਿ ਪ੍ਰਮਾਤਮਾ ਉਹਨੂੰ ਜਲਦੀ ਠੀਕ ਕਰਕੇ ਤੰਦਰੁਸਤ ਕਰਕੇ ਆਪਣੇ ਘਰ ਆਪਣੇ ਬੱਚਿਆਂ 'ਚ ਭੇਜੇ ਕਿਉਂਕਿ ਹਰ ਇੱਕ ਵਿਅਕਤੀ ਆਪਣੇ ਬੱਚਿਆਂ 'ਚ ਅੱਛਾ ਲੱਗਦਾਗਾ ਸੋ ਇਹਨਾ ਇਹ ਲੋਕ ਤਾਂ ਮੈਂ ਸਮਝਦਾ ਇਸ ਤਰ੍ਹਾਂ ਲੁੱਟਣ ਲੱਗੇ ਪੰਜਾਬ ਨੂੰ ਜਿਵੇਂ ਵਿਦੇਸ਼ਾਂ 'ਚੋਂ ਆਏ ਹੋਣ ਜਿਵੇਂ ਈਸਟ ਇੰਡੀਆ ਕੰਪਨੀ ਪੰਜਾਬ ਨੂੰ ਲੁੱਟਦੀ ਹੁੰਦੀ ਸੀਗੀ ਜਿਵੇਂ ਜਿਹੜੇ ਅਫਗਾਨੀ ਉਰੀ ਆ ਕੇ ਪੰਜਾਬ ਨੂੰ ਲੁੱਟਦੇ ਹੁੰਦੇ ਸੀ ਉਸ ਤਰ੍ਹਾਂ ਜਿਹੜਾ ਹੈਗਾ ਕੰਮ ਸੁਖਵੀਰ ਸਿੰਘ ਨੇ ਬਾਦਲ ਨੇ ਫੜਿਆ ਸੀ ਹੁਣ ਉਹੀ ਕੰਮ ਜਿਹੜਾ ਹੈਗਾ ਰਾਜਾ ਮਦਨ ਸਿੰਘ ਨੇ ਫੜ ਲਿਆ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਇਸ ਲਈ ਕਿਸਾਨਾਂ ਦੇ ਲਈ ਕਿਸ ਤਰੀਕੇ ਨਾਲ ਉਹਨਾਂ ਦਾ ਸਾਥ ਦੇ ਰਹੀ ਹੈ ਕਿਸ ਤਰੀਕੇ ਨਾਲ ਉਹਨਾਂ ਨਾਲ ਚੱਲ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਨੇ ਕੱਲ ਵੀ 700 ਕਿਲੋਮੀਟਰ ਤੋਂ ਉੱਪਰ 700 ਕਿਲੋਮੀਟਰ ਤੋਂ ਉੱਪਰ ਜਿਹੜਾ ਹੈਗਾ ਸਾਡੇ ਪੰਜ ਬਧਾਇਕਾਂ ਨੇ ਖੁਦ ਮਾਰਚ ਕੀਤਾ ਟਰੈਕਟਰ ਮਾਰਚ ਹੋਇਆ ਹਜ਼ਾਰਾਂ ਹੀ ਲੋਕਾਂ ਨੂੰ ਲੈ ਕੇ ਕਾਫਲਾ ਸੀ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਵੱਲ ਗਿਆ ਪਰ ਉੱਥੇ ਏਸੀ ਰਾਜਾ ਸਾਹਿਬ ਦੀ ਪੁਲਿਸ ਨੇ ਸਾਨੂੰ ਰੋਕਿਆ ਉੱਥੇ ਸਾਡੇ ਦਮਨਕਾਰੀ ਨੀਤੀ ਬਣਾਈ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਸੀ ਉੱਥੇ ਪਰ ਅਮਨ ਜਿਹੜਾ ਹੈਗਾ ਉਥੇ ਪ੍ਰੋਟੈਸਟ ਕਰਕੇ ਆਇਆਗੇ ਸੋ ਅਸੀਂ ਜਿਹੜਾ ਸਾਡਾ ਪ੍ਰੋਟੈਸਟ ਜਾਰੀ ਆ ਅੱਜ ਪਹਿਲਾਂ ਵੀ ਕਿਸਾਨਾਂ ਨਾਲ ਖੜੇ ਸੀ ਅੱਜ ਵੀ ਕਿਸਾਨਾਂ ਨਾਲ ਖੜੇ ਆਗੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਕਿਸਾਨਾਂ ਦਾ ਪੱਖ ਰੱਖਿਆ ਦੇਸ਼ ਦੀ ਰਾਜ ਸਭਾ 'ਚ ਕਿਸਾਨਾਂ ਦਾ ਪੱਖ ਰੱਖਾਂਗੇ ਸੋ ਜਿੱਥੇ ਵੀ ਕਿਤੇ ਬਿਲ ਆਉਣਗੇ ਅਸੀਂ ਵਿਰੋਧ ਕਰਾਂਗੇ ਕਿਸਾਨਾਂ ਦੇ ਨਾਲ ਪਹਿਲਾਂ ਸੀ ਅੱਜਾਂ ਭਵਿੱਖ ਦੇ ਵਿੱਚ ਵੀ ਆ ਸਾਡਾ ਪ੍ਰੋਟੈਸਟ ਸਿਰ ਪੰਜਾਬ ਤੱਕ ਹੀ ਸੀਮਿਤ ਰੱਖੋ ਕੀ ਪ੍ਰੋਟੈਸਟ ਦਿੱਲੀ ਵੱਲ ਨੂੰ ਵੀ ਵੱਧ ਸਕਦਾ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਡਿਸਾਈਡ ਕਰੂਗੀ ਕਿ ਕਿਸ ਤਰ੍ਹਾਂ ਇਹ ਪ੍ਰੋਟੈਸਟ ਨੂੰ ਦਿੱਲੀ ਚ ਲੈ ਕੇ ਜਾਣਾਗਾ ਅਰਵਿੰਦ ਕੇਜਰੀਵਾਲ ਜੀ ਨੇ ਵੀ ਇਹਨਾਂ ਜਿਹੜੇ ਆਰਡੀਨੈਂਸ ਨੇ ਇਹ ਜਿਹੜੇ ਬਿੱਲ ਨੇ ਉਹਨਾਂ ਦੇ ਖਿਲਾਫ ਸਪਸ਼ਟ ਬੋਲਿਆਗਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾਗਾ ਕਿ ਅਸੀਂ ਇਹਨਾਂ ਦੇ ਖਿਲਾਫ ਡਟ ਕੇ VOTING ਕਰਾਂਗੇ ਡਟ ਕੇ ਇਹਨਾਂ ਦੇ ਖਿਲਾਫ ਇਹਦੇ ਨਾਲ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਅੰਨਦਾਤਾ ਲੋਕਾਂ ਦੇ ਢਿੱਡ ਭਰਨ ਵਾਲਾ ਕਿਸਾਨ ਮਾਰਿਆ ਜਾਊਗਾ ਸੋ ਜਿਸ ਪੰਜਾਬ ਨੇ ਜਿਸ ਪੰਜਾਬ ਨੇ ਇਹਨੇ ਲੰਬੇ ਅਰਸੇ ਦੇਸ਼ ਦਾ ਢਿੱਡ ਭਰਿਆ ਦੇਸ਼ ਦੇ ਲੋਕਾਂ ਨੂੰ ਅਨਾਜ ਦਿੱਤਾ ਦੇਸ਼ ਦੇ ਲੋਕਾਂ ਆਪਦੀ ਪਜਾਊ ਕਰਕੇ ਜ਼ਮੀਨ ਨੂੰ ਪਜਾਊ ਬਣਾ ਕੇ ਅੱਜ ਉਸ ਕਿਸਾਨ ਨੂੰ ਦੇਸ਼ ਦੀ ਸਰਕਾਰ ਮਾਰਨ ਜਾ ਰਹੀ ਆ ਅੱਜ ਉਸ ਦੀ ਅੱਜ ਦੇਸ਼ ਦੀ ਸਰਕਾਰ ਅਡਾਨੀ ਤੇ ਅਵਾਨੀਆਂ ਦੇ ਕੰਦਿਆਂ ਤੇ ਬੈਠ ਕੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਚਾਹੁੰਦੀ ਆ ਬਿਲਕੁਲ ਨਹੀਂ ਹੋਣ ਦੇਵਾਂਗੇ ਡਟ ਕੇ ਵਿਰੋਧ ਕਰਾਂਗੇ ਵੱਡਾ ਪਤਿ ਮਸਾ ਸੋ ਇਸ ਸੰਚਨ ਹਰਪਾਲ ਚਿਮਾ ਜਿਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਹਰ ਹਰਸਿੰਦਰ ਕੌਰ ਬਾਦਲ ਦੇ ਜਿਹੜੇ ਦਿੱਤੇ ਕਿ ਸਤੀਫੇ ਨੂੰ ਇੱਕ ਡਰਾਮਾ ਦੱਸਿਆ ਤੇ ਨਾਲ ਹੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੇ ਜਿਹੜਾ ਬਿੱਲ ਪਾਸ ਕੀਤਾ ਜਾਏਗਾ ਇਸ ਦਾ ਵਿਰੋਧ ਇਹਨਾਂ ਵੱਲੋਂ ਪੂਰਾ ਡਟ ਕੇ ਕੀਤਾ ਜਾਏਗਾ ਤੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾਏਗਾ ਕੈਮਰਾ ਪਰਸਨ ਪਵਨ ਕਰੌਂਚੀਆ ਦੇ ਨਾਲ ਮੈਂ ਸਾਇਦ ਅਨਰੁਲਾ ਦੈਨਿਕ ਸਵੇਰਾ ਟੀਵੀ ਜਲੰਧਰ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈ वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया विच समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर चौरानवे छे सौ संताली चौरासी तीन सौ चौहत्तर चौरानवे छे सौ अड़ताली देश दुनिया की हर वड्डी खबर दे लई हुणे डाउनलोड करो नंबर वन न्यूज ऐप दैनिक सवेरा टाइम्स